ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋਂ ਬਲਿਹਾਰੀ ਸਤਿਗੁਰ ਚਰਨਾ। ਸੰਗਤ ਜੀ, ਤੁਸੀਂ ਦੇਖ ਸਕਦੇ ਹੋ ਕਿ ਸਾਡੇ ਜੋ SHSG ਕੇਅਰ ਸੈਂਟਰ ਦੇ ਐਕਟਿਵ ਪੇਸ਼ੈਂਟਸ ਨੇ, ਉਹ ਆਪਣੇ ਜੀਵਨ ਨੂੰ ਸਫਲ ਕਰਨ ਦੇ ਲਈ, ਜੀਵਨ ਦੀ ਘੜੀਆਂ ਸਵਾਸਾਂ ਨੂੰ ਸਫਲ ਕਰਨ ਦੇ ਲਈ ਰੋਜ਼ ਸ਼ਾਮ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਨੇ, ਜਿੱਥੇ ਕਿ ਇਸ ਸੈਂਟਰ ਦੇ ਵਿੱਚ ਫਿਜ਼ੀਕਲ ਟ੍ਰੀਟਮੈਂਟ, ਬੈੱਡ ਸੋਰ ਦਾ ਟ੍ਰੀਟਮੈਂਟ ਜੋ ਹੋ ਗਿਆ, ਉਸ ਤੋਂ ਬਾਅਦ ਰੀਹੈਬਿਲੀਟੇਸ਼ਨ ਜਿੱਥੇ ਚੱਲਦਾ, ਅਤੇ ਨਾਲ ਨਾਲ ਜੀਵਨ ਨੂੰ ਕਿਵੇਂ ਸਫਲ ਕਰ ਸਕਦੇ ਹਾਂ, ਸਵਾਸਾਂ ਨੂੰ ਕਿਵੇਂ ਸਫਲ ਕਰ ਸਕਦੇ ਹਾਂ, ਉਹ ਵੀ ਇਹਨਾਂ ਨੂੰ ਦੱਸਿਆ ਜਾਂਦਾ। ਇਸ ਲਈ ਇਹ ਸ਼ਾਮ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਨੇ, ਗੁਰੂ ਸਾਹਿਬ ਦੀ ਖੁਸ਼ੀਆਂ ਦਾ ਆਨੰਦ ਲੈਂਦੇ ਨੇ। ਸੰਗਤ ਜੀ, ਅਸੀਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਆਪਣਾ ਹੱਥ ਪੈਰ ਸਾਡੇ ਚੱਲਦੇ ਹੋਏ ਵੀ ਅਸੀਂ ਕਈ ਵਾਰ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਜਾਂ ਰੱਬ ਦਾ ਨਾਂ ਨਹੀਂ ਲੈ ਸਕਦੇ, ਪਰ ਧੰਨ ਨੇ ਇਹ ਜੋ ਐਕਟਿਵ ਪੇਸ਼ੈਂਟਸ ਨੇ, ਜੋ ਫਿਜ਼ੀਕਲੀ ਹੈਂਡੀਕੈਪ ਹੋਣ ਦੇ ਨਾਲ ਨਾਲ ਵੀ ਫਿਰ ਵੀ ਇਹ ਮੈਂਟਲੀ ਆਪਣੇ ਪੂਰੇ ਐਕਟਿਵ ਨੇ, ਅਤੇ ਵੀਲਚੇਅਰ ਦੇ ਰਾਹੀਂ ਇਹ ਗੁਰਦੁਆਰਾ ਸਾਹਿਬ ਜਾਂਦੇ ਨੇ, ਮੱਥਾ ਟੇਕਦੇ ਨੇ, ਸ਼ੁਕਰੀਆ ਅਦਾ ਕਰਦੇ ਨੇ ਉੱਥੇ ਮਾਲਕ ਦਾ, ਅਕਾਲ ਪੁਰਖ ਵਾਹਿਗੁਰੂ, ਜੋ ਤੁਸੀਂ ਕੀਤਾ ਬਸ ਤੁਹਾਡਾ ਭਾਣਾ, ਤੁਹਾਡੀ ਰਜ਼ਾ, ਤੁਹਾਡੀ ਕਿਰਪਾ। ਅਤੇ ਇਸ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਸੰਗਤ ਜੀ, ਕਿ ਅਸੀਂ ਵੀ ਆਪਣੇ ਇਸ਼ਟ ਨੂੰ ਧਿਆਈਏ ਅਤੇ ਉਹਨਾਂ ਦਾ ਸ਼ੁਕਰਾਨਾ ਕਰੀਏ ਜਿਨ੍ਹਾਂ ਨੇ ਸਾਡੇ ਹੱਥ ਪੈਰ ਸਹੀ ਸਲਾਮਤ ਦਿੱਤੇ ਨੇ। ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ, ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।